ਸ਼ਹਿਰ ਦੀ ਸਾਕਰਾ ਬਸਤੀ ਚ 66 ਕੇਵੀ ਬਿਜਲੀ ਦੀਆਂ ਤਾਰਾਂ ਪਿਛਲੇ 15 ਸਾਲ ਤੋਂ ਕਰੰਟ ਹੀ ਨਹੀਂ ਬਲਕਿ ਜਨਤਾ ਦੇ ਘਰਾਂ ਦੇ ਉੱਤੇ ਤਾਰਾਂ ਪਰੇਸ਼ਾਨੀ ਦਾ ਸਬਬ ਬਣੀਆਂ ਹੋਈਆਂ ਹਨ। ਇਹਨਾਂ ਤਾਰਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਵਿਧਾਇਕ ਸਤਰਾਣਾ ਨੇ ਉਧਰ ਭਰੋਸਾ ਦਿੱਤਾ ਹੈ ਕਿ ਤਾਰਾਂ ਨੂੰ ਜਲਦ ਹਟਵਾਇਆ ਜਾਏਗਾ। 15 ਸਾਲਾਂ ਤੋਂ 66 ਕੇਵੀ ਦੀ 15 ਕਿਲੋਮੀਟਰ ਦੀ ਲੰਬੀ ਲਾਈਨ ਬਿਜਲੀ ਬੋਰਡ ਵੱਲੋਂ ਬੰਦ ਕੀਤੀ ਗਈ ਹੈ, ਪਰ ਜਿਹੜੀਆਂ ਇਹ ਤਾਰਾਂ ਨੇ ਇਹ ਲੋਕਾਂ ਦੇ ਕੋਠਿਆਂ ਉੱਪਰ ਦੀ ਜਾ ਰਹੀਆਂ ਨੇ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬਹੁਤ ਹੀ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ, ਕਿਉਂਕਿ ਕਿਸੇ ਵੇਲੇ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਆ ਸਕਦਾ ਹੈ। ਪੰਜਾਬ ਸਰਕਾਰ ਕੋਲੋਂ ਜ਼ੋਰਦਾਰ ਮੰਗ ਕਰਦਾ ਕਿ ਇਸ ਲਾਈਨ ਨੂੰ ਕਢਾਉਣ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ। ਇਹ ਸਮੱਸਿਆ ਜੀ, ਸਾਡੀਆਂ ਤਾਰਾਂ ਨਿਕਲ ਜਾਣ ਤੇ ਸਾਡੇ ਜਦੋਂ ਅਸੀਂ ਉੱਪਰ ਸਾਡੇ ਬੱਚੇ ਚੜ੍ਹਦੇ ਨੇ ਸਾਨੂੰ ਬਹੁਤ ਤੰਗ ਕਰਦੇ ਨੇ ਜੀ, ਸਾਨੂੰ ਡਰ ਵੀ ਲੱਗਦਾ ਜੀ ਤੇ ਸਾਡੀਆਂ ਤਾਰਾਂ ਨਿਕਲ ਜਾਣ ਜੀ। ਮਕਾਨ ਵਗੈਰਾ ਉੱਪਰ ਚਵਾਰਾ ਵਗੈਰਾ, ਹਾਂਜੀ ਚਵਾਰਾ ਪਾਉਣਾ ਹੈ ਤਾਂ ਸਾਨੂੰ ਬਹੁਤ ਮੁਸ਼ਕਲ ਹੋ ਰਿਹਾ ਜੀ ਉੱਪਰ ਪਾਉਣਾ, ਤੇ ਜਦੋਂ ਚੜ੍ਹਦੇ ਹਾਂ ਤੇ ਸਾਡੇ ਲੱਤਾਂ ਦੇ ਵਿੱਚ ਵੀ ਅੜਦੀਆਂ ਨੇ। ਜਦੋਂ ਬੰਦ ਪਈ ਆ ਤੇ ਉਹ ਕੋਸ਼ਿਸ਼ ਕਰ ਰਿਹਾ ਨਿਕਲ ਜਾਏ, ਤੇ ਕਰ ਰਿਹਾ ਕੋਸ਼ਿਸ਼ ਜੀ, ਕੋਈ ਅਸੀਂ ਰੱਬ ਨਾ ਕਰੇ ਇਹੋ ਜਿਹੀ ਘਟਨਾ ਆਈ ਵਾਪਰੇ, ਪਹਿਲੇ ਠੀਕ ਕਰ ਦਈਏ, ਕੋਸ਼ਿਸ਼ ਕਰ ਰਿਹਾ ਪੂਰੀ ਕੋਸ਼ਿਸ਼ ਕਰ ਰਿਹਾ। ਸਮਾਰੋਹ ਤੋਂ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।